असला जमानी माहवरी वजी आजम ने बदवानी मनी लॉन्ड्रिंग मुकाम किया है जिंद मुल्क दड़ा खोखलिया हो रही ने सदर ने कहा हुकूमत महंगाई घट कर आम लोग तो सहलता देने लाई ठोस कारवाई कर रही है K2 بیس ਕੈਂਪਚ ਮੌਜੂਦ ਗੈਰ ਮੁਲਕੀ ਕੋਪੈਮਾਵਾਂ ਨੇ ਸਖਤ ਮੌਸਮੀ ਹਾਲਾਤ ਦੀ ਵਜ੍ਹਾ ਤੋਂ ਸਰਮਾਈ ਮਹਿੰਮ ਜੋਈ ਖਤਮ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਵਿਜ਼ੀਰ ਆਲਾ ਨੇ ਅਜ਼ਮ ਕੀਤਾ ਹੈ ਕਿ ਲੋਕਾਂ ਦੀ ਖਿਦਮਤ ਦਾ ਸਫ਼ਰ ਪੂਰੇ ਜ਼ੋਰ ਸ਼ੋਰ ਨਾਲ ਜਾਰੀ ਰੱਖਿਆ ਜਾਏਗਾ। ਹੁਣ ਤੁਸੀਂ ਪੂਰੀਆਂ ਖਬਰਾਂ ਸੁਣੋ। ਵਿਜ਼ੀਰ ਆਜ਼ਮ ਇਮਰਾਨ ਖਾਨ ਨੇ ਬਦਨੁਮਾਨੀ ਤੇ ਮਨੀ ਲਾਂਡਰਿੰਗ ਦੇ ਖਾਤਮੇ ਦਾ ਅਜ਼ਮਜ਼ਾਰ ਕੀਤਾ ਹੈ ਜਿਦੇ ਨਾਲ ਮੁਲਕ ਦੀਆਂ ਜੜਾਂ ਖੋਖਲੀਆਂ ਹੋ ਰਹੀਆਂ ਨੇ। ਗੇਟਵੀਟਸ ਪੇਗਾਮ ਹੈ ਜੁਨਾ ਕਿਆ ਕੇ ਪੀਡੀਐਮ ਦਾ ਸਾਥੀ ਟੋਲਾ ਬਦੁਨਵਾਨੀ ਦੇ ਨਿਜ਼ਾਮ ਦੀ ਹਮਾਇਤ ਕਰਕੇ ਆਪਣੀ ਬਦੁਨਵਾਨੀ ਤੇ ਮਨੀ ਲਾਂਡਰਿੰਗ ਨੂੰ ਬਚਾਉਣਾ ਚਾਹੁੰਦਾ ਹੈ ਸੈਨੇਟ ਦੇ ਪਿਛਲੇ ਇੰਤਖਾਬਾਤ ਵਿੱਚ ਵੋਟ ਵੇਚਣ ਦੇ ਮੁਤਲਕ ਇੱਕ ਹਾਲੀਆ ਵੀਡੀਓ ਦਾ ਹਵਾਲਾ ਦਿੰਦਿਆਂ ਹੋਇਆਂ ਉਹਨਾਂ ਕਿਹਾ ਵੀਡੀਓ ਵਿੱਚ ਸ਼ਰਮਨਾਕ ਕੰਮ ਨਜ਼ਰ ਆ ਰਿਹਾ ਹੈ ਜਿਦੇ ਵਿੱਚ ਸਿਆਸਤਦਾਨ ਵੋਟਾਂ ਦੀ ਖਰੀਦੋ-ਫਰੋਖਤ ਕਰ ਰਹੇ ਨੇ ਇਹਦੇ ਤੋਂ ਇਸ ਹਕੀਕਤ ਦਾ ਪਤਾ ਚਲਦਾ ਹੈ ਕਿ ਸਾਬਕ ਹਕਮਰਾਨਾ ਨੇ ਕੌਮ ਨੂੰ اخਲਾਕੀ ਤੌਰ ਤੇ ਤਬਾਹ ਕੀਤਾ ਤੇ ਮੁਲਕ ਨੂੰ ਕਰਜ਼ਿਆਂ ਵਿੱਚ ਡੁਬੋਇਆ ਵਜ਼ੀਰ ਆਜ਼ਮ ਨੇ ਕਿਹਾ ਬਦਨਵਾਨੀ ਤੇ ਮਨੀ ਲੌਂਡਰਿੰਗ ਸਾਡੀ ਅਸ਼ਰਾਫੀਆ ਦੀ ਇੱਕ ਸ਼ਰਮਨਾਕ ਕਹਾਣੀ ਹੈ ਉਹਨਾਂ ਕਿਹਾ ਕਿ ਇਕਤਦਾਰ ਇਹ ਚ ਆਨ ਲਈ ਪੈਸਾ ਖਰਚ ਕਰਦੇ ਨੇ ਤੇ ਫਿਰ ਸਿਆਸੀ ਤਾਕਤ ਨੂੰ ਪੈਸਾ ਬਣਾਉਣ ਲਈ ਇਸਤੇਮਾਲ ਕਰਦੇ ਨੇ ਤੇ ਇਸ ਪੈਸੇ ਨਾਲ ਬਿਊਰੋਕ੍ਰੇਟ ਮੀਡੀਆ ਤੇ ਦੂਜੇ ਫੈਸਲਾ ਸਾਜ਼ ਖਰੀਦੇ ਜਾਂਦੇ ਨੇ ਤਾਂ ਜੇ ਆਪਣੇ ਇਕਤਦਾਰ ਨੂੰ ਪੱਕਾ ਕੀਤਾ ਜਾ ਸਕੇ ਤੇ ਕੌਮ ਦੀ ਦੌਲਤ ਲੁੱਟੀ ਜਾ ਸਕੇ ਸਦਰ ਡਾਕਟਰ ਆਰੀਫ ਅਲਵੀ ਨੇ ਕਿਹਾ ਹੈ ਕਿ ਹਕੂਮਤ ਮਹਿੰਗਾਈ ਘਟ ਕਰਨ ਤੇ ਆਮ ਲੋਕਾਂ ਨੂੰ ਬੱਦ ਤੋਂ ਬੱਦ ਆਸਾਨੀਆਂ ਦੇਣ ਲਈ ਠੋਸ ਕਾਰਵਾਈਆਂ ਕਰ ਰਹੀਏ ਪਿਸ਼ੌਰ ਵਿੱਚ ਇੱਕ ਪਨਾਗਾ ਦੇ ਦੌਰੇ ਦੇ ਦੌਰਾਨ ਉੱਥੇ ਰਹਿਣ ਵਾਲੇ ਲੋਕਾਂ ਨਾਲ ਗੱਲਾਂ ਕਰਦਿਆਂ ਹੋਇਆਂ ਉਹਨਾਂ ਆਖਿਆ ਹਕੂਮਤ ਘਾਟਾਮਦਨੀ ਵਾਲੇ ਲੋਕਾਂ ਨੂੰ ਮਹਿੰਗਾਈ ਦੀ ਵਜ੍ਹਾ ਤੋਂ ਪੇਸ਼ ਮਸਲੇ ਪੂਰੀ ਤਰ੍ਹਾਂ ਸਮਝਦੀ ਏ ਸਦਰ ਨੇ ਪਨਾਗਾ ਵਿੱਚ ਗਰੀਬ ਤੇ ਜ਼ਰੂਰਤਮੰਦ ਲੋਕਾਂ ਨੂੰ ਦਿੱਤੀ ਜਾਣ ਵਾਲੀਆਂ ਮੁxtਲਿਫ ਸਹੂਲਤਾਂ ਦਾ ਮੁਆਇਨਾ ਕੀਤਾ ਤੇ ਉਹਨਾਂ ਨਾਲ ਬਹਿ ਕੇ ਰੋਟੀ ਖਾਧੀ ਇਤਲਾਮਾਂ ਦੇ ਵਜ਼ੀਰ ਸ਼ਿਬਲੀ ਫਰਾਜ਼ ਨੇ ਆਖਿਆ ਹੈ ਕਿ ਮੁਲਕ ਤੋਂ ਕਰਪਸ਼ਨ ਮੁਕਾਨ ਲਈ ਹਰ ਇੱਕ ਨੂੰ ਆਪਣਾ ਕਿਰਦਾਰ ਅਦਾ ਕਰਨਾ ਚਾਹੀਦਾ ਹੈ ਜਿਹੜੀ ਕੈਂਸਰ ਦੀ ਤਰ੍ਹਾਂ ਮੁਲਕ ਵਿੱਚ ਫੈਲ ਚੁੱਕੀ ਹੈ ਇੱਕ ਨਿੱਜੀ ਨਿਊਜ਼ ਚੈਨਲ ਨਾਲ ਗੱਲਾਂ ਕਰਦਿਆਂ ਉਹਨਾਂ ਨੇ ਕਿਹਾ ਕਿ ਤਹਿਰੀਕ-ਏ-ਇਨਸਾਫ ਦੀ ਹਕੂਮਤ ਸੈਨੇਟ ਇਲੈਕਸ਼ਨ ਵਿੱਚ ਵੋਟਾਂ ਦੀ ਖਰੀਦੋ ਫਰੋਖ ਜਿਹੀ ਕਰਪਸ਼ਨ ਮੁਕਾਣਾ ਚਾਹੁੰਦੀ ਹੈ ਸ਼ਿਬਲੀ ਫਰਾਜ਼ ਨੇ ਆਖਿਆ ਕਿ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਉਹ ਰਹਿਨੁਮਾ ਨੇ ਜਿਨ੍ਹਾਂ ਪਾਰਟੀ ਡਿਸਪਲਿਨ ਦੀ ਖਿਲਾਫਵਰਜ਼ੀ ਕਰਨ ਵਾਲੇ ਆਪਣੇ ਹੀ ਜਮਾਤ ਦੇ ਪਾਰਲੀਮੈਂਟ ਦੇ ਅਰਕਾਨ ਦੇ ਖਿਲਾਫ ਸਖਤ ਕਾਰਵਾਈ ਕੀਤੀ ਹੈ ਉਹਨਾਂ ਕਿਹਾ ਕਿ Imran Khan ਦੇ ਆਖੰਤਿਕ ਕੋਈ ਵੀ ਉਹਨਾਂ ਦੇ ਆਖੰਤ ਤੇ ਕਰਨੇ ਚ ਕੋਈ ਫਰਕ ਨਹੀਂ ਹੈ ਕਿਉਂ ਜੇ ਉਹਨਾਂ ਉਹ ਹੀ ਕੀਤਾ ਜੋ ਉਹਨਾਂ ਕਿਆ ਸੀ ਸਾਇੰਸ ਤੇ ਟੈਕਨੋਲੋਜੀ ਦੇ ਵਜ਼ੀਰ ਚੌਧਰੀ ਫਵਾਦ ਹੁਸੈਨ ਨੇ ਕਿਹਾ ਹੈ ਕਿ ਪਾਕਿਸਤਾਨ ਅਫਗਾਨਿਸਤਾਨ ਦੇ ਤਾਲਿਬ ਇਲਮ ਨੂੰ ਸਾਰੇ ਯੂਨੀਵਰਸਿਟੀਆਂ ਚ ਦਾਖਲੇ ਦੇਣ ਲਈ ਤਿਆਰ ਹੈ ਉਹਨਾਂ ਇਹ ਗੱਲ اسلامਾਬਾਦ ਚ ਦੂਜੀ ਯੂਥ ਇੰਟਰ ਸੀਰੀਜ਼ ਕਾਨਫਰੰਸ ਨੂੰ ਖਿਤਾਬ ਕਰਦਿਆਂ ਹੋਇਆ ਕਿ इस कॉन्फ्रेंस का इंतज़ाम सेंटर फॉर रिसर्च एंड सिक्योरिटी स्टडीज़ ने की किया कि पाकिस्तान कॉन्सल्स का एक सेंटर कंधार्च बना अफगानिस्तान इस सैंटिफिक इनक्यूबिशन सेंटर भी बनाना चाहता है उन्होंने कहा कि दोवे मुल्क के नौजवानों को माजी के तजर्बे तू फायदा उठाने के बड़े मौके मौजूद ने मुस्तबिल तो भी मिल के फायदा चुकया जा सकता है ਇਸ ਮੌਕੇ ਤੇ ਅਫਗਾਨਿਸਤਾਨ ਦੇ ਸਫੀਰ ਨਜੀਬੁੱਲਾ ਅਲੀ ਖੇਲ ਨੇ ਕਿਹਾ ਕਿ ਪਾਕਿਸਤਾਨ ਤੇ ਅਫਗਾਨਿਸਤਾਨ ਦੀ ਸਿਕਿਉਰਿਟੀ ਤੇ ਖੁਸ਼ਹਾਲੀ ਮਿਲ ਕੇ ਕੰਮ ਕਰਨ ਨਾਲ ਹੀ ਜੁੜੀ ਹੋਈ ਹੈ ਸਿਹਤ ਬਾਰੇ ਵਜ਼ੀਰ ਆਜ਼ਮ ਦੇ ਮੁਆਵਨ ਖਸੂਸੀ ਡਾਕਟਰ ਫੈਸਲ ਸੁਲਤਾਨ ਨੇ ਕਿਹਾ ਹੈ ਕਿ ਅੱਗੇ ਡਿਊਟੀ ਦੇਣ ਵਾਲੇ ਤਿੱਬੀ ਅਮਲੇ ਦੇ ਕਾਰਕੁਨ ਸਾਡੇ ਅਸਲ ਹੀਰੋ ਨੇ ਤੇ ਹਕੂਮਤ ਉਹਨਾਂ ਦੇ ਜਾਇਜ਼ ਮੁਤਾਲਬਿਆਂ ਦੀ ਮੁਖਾਲਫਤ ਨਹੀਂ ਕਰੇਗੀ ਉਨਾ ਇਹ ਯਕੀਨ ਦਿਹਾਨੀ اسلامਾਬਾਦ ਇਚ ਪੀਮਸ ਦੇ ਦੌਰੇ ਉਤੇ ਹਸਪਤਾਲ ਦੇ ਮੁਲਾਜ਼ਮਾਂ ਨੂੰ ਆਪਣਾ ਇحتਜਾਜ ਖਤਮ ਕਰਨ ਉਤੇ ਰਾਜ਼ੀ ਕਰਦਿਆਂ ਹੋਇਆ ਕਰਾਈ ਡਾਕਟਰ ਫੈਜ਼ਲ ਸੁਲਤਾਨ ਨੇ ਕਿਹਾ ਕਿ ਪੀਮਸ ਦੇ ਮੁਲਾਜ਼ਮਾਂ ਦੇ ਸਾਰੇ ਮਸਲੇ ਪਹਿਲਾਂ ਹੀ ਹੱਲ ਕੀਤੇ ਜਾਣਗੇ ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਸੇਧ ਦੀਆਂ ਮਿਆਰੀ ਸਹੂਲਤਾਂ ਦੇਣ ਆਸਤੇ ਸਾਰੇ ਵਸੀਲੇ ਇਸਤੇਮਾਲ ਕੀਤੇ ਜਾ ਰਹੇ ਨੇ ਤੇ ਇਸ سلسلے ਵਿੱਚ ਹਸਪਤਾਲਾਂ ਦੇ ਅਮਲੇ ਦਾ ਕਿਰਦਾਰ ਬੜਾ ਅਹਿਮ ਹੈ ਇਹ ਖਬਰਾਂ ਤੁਸੀਂ ਰੇਡੀਓ ਪਾਕਿਸਤਾਨ ਤੋਂ ਸੁਣ ਰਹੇ ਹੋ ਖਾਰਜਾ ਮਾਮਲਿਆਂ ਦੇ ਵਜ਼ੀਰ ਸ਼ਾਹ ਮਹਿਮੂਦ ਕੁਰੈਸ਼ੀ ਨੇ ਚਿੱਲੀ ਦੇ ਆਪਣੇ ਹਮ ਮੰਤਸਬ ਐਂਡਰਸ ਐਲਮਨ ਨੂੰ ਚਿੱਲੀ ਦੇ ਗੁਆਚਨਾਲੇ ਕੋਪੇਮਾ ਜான் ਪੈਬਲੋ ਮੋਹਰ ਦੇ ਬਾਰੇ ਟੈਲੀਫੋਨ ਉਤੇ ਗੱਲਬਾਤ ਕੀਤੀ ਜਿਹੜੇ ਦੂਜੇ ਕੋਪੇਮਾਵਾਂ ਨਾਲ ਕਿਟੂ ਸਰਕਰਨਾਲਿਆਂ ਦੇ ਨਾਲ ਸਨ ਖਾਰਜਾ ਮਾਮਲੇ ਦੇ ਵਜ਼ੀਰ ਨੇ ਕੋਪੇਮਾਵਾਂ ਦੀ ਗੁਆਚਨਾਲੀ ਟੀਮ ਦੇ ਮਾਮਲੇ ਉਤੇ ਤਸ਼ਵੀਰਜ਼ਾਰ ਕੀਤੀ ਤੇ ਉਹਨਾਂ ਨੂੰ ਪਾਕਿਸਤਾਨ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਦੱਸਿਆ ਉਨਾ ਯਕੀਨ ਦਵਾਇਆ ਕਿ ਪਾਕਿਸਤਾਨ ਗੁਆਚੇਨ ਵਾਲੇ ਹੀਰੋਸ ਦਾ ਖੋਜ ਲਾਣ ਲਈ ਆਪਣੀ ਪੂਰੀ ਕੋਸ਼ਿਸ਼ ਕਰੇਗਾ ਚਿਲੀ ਦੇ ਖਾਰਜਾ ਮਾਮਲੇ ਦੇ ਵਜ਼ੀਰ ਨੇ ਤਲਾਸ਼ੀ ਇਮਤਾਦੀ ਕਾਰਵਾਈਆਂ ਨੂੰ ਸਲਾਹਿਆ ਤੇ ਚਿਲੀ ਦੇ ਲੋਕਾਂ ਤੇ ਕੋ ਪੈਮਾ ਜੌਨ ਪੈਬਲੋ ਮੋਹਰ ਦੇ ਘਾਰ ਵਾਲਿਆਂ ਨੂੰ ਤਲਾਸ਼ੀ ਦੀਆਂ ਕਾਰਵਾਈਆਂ ਉੱਤੇ ਪਾਕਿਸਤਾਨ ਦੀ ਹਕੂਮਤ ਦਾ ਸ਼ੁਕਰੀਆ ਅਦਾ ਕੀਤਾ ਉਨਾ ਵਜ਼ੀਰਾ ਨੇ ਗੁਫਤੂਗ ਵਿੱਚ ਦੋ ਤਰਫਾ ਤਾਲੁਕਾਤ ਉੱਤੇ ਵੀ ਗੱਲਬਾਤ ਕੀਤੀ ਉਦਰ K2 ਬੇਸ ਕੈਂਪੇਜੇ ਸਾਰੇ ਗੈਰ ਮੁਲਕੀ ਕੂਪੇ ਮਾਵਾਂ ਨੇ K2 ਦੀ ਸਰਮਾਈ ਮੋਹਮ ਜੋਈ ਸਖਤ ਮੌਸਮ ਦੀ ਵਜਾ ਤੋਂ ਮੁਕੰਦ ਦਾ ਫੈਸਲਾ ਕੀਤਾ ਹੈ। ਕਸ਼ਮੀਰ ਤੇ ਗਿਲਗਿਤ-ਦਮੂਆਮਲੇ ਦੇ ਵਜ਼ੀਰ ਅਲੀ ਅਮੀਨ ਗੰਡਾਪੂਰ ਨੇ ਕਿਹਾ ਹੈ ਕਿ ਭਾਰਤ ਆਰਐਸਐਸ ਹਿੰਦੂਤਵਾ ਦੇ ਏਜੰਡੇ ਉਤੇ ਅਮਲ ਕਰ ਰਿਹਾ ਹੈ ਤੇ ਗੈਰ ਕਾਨੂੰਨੀ ਕਬਜ਼ੇ ਇੱਚ ਜੰਮੂ ਤੇ ਕਸ਼ਮੀਰ ਦੇ ਲੋਕਾਂ ਉਤੇ ਜ਼ੁਲਮ ਤੇ ਜ਼ਿਆਤੀਆਂ ਕਰ ਰਿਹਾ ਹੈ। ਉਹਨਾਂ ਇਹ ਗੱਲ ਅਫਸਲ ਗੋਰੂ ਦੇ ਬਰਸੀ ਦੇ ਮੌਕੇ ਉਤੇ ਕਹੀ। ਹਵਤਿੰਦ ਦੀ ਤਰੱਕੀ ਦੀ ਵਜ਼ੀਰ ਅਫਸ਼ਾਨ ਰਿਆਸ ਨੇ ਪੰਜਾਬ اسمبلی ਦੇ ਮੈਂਬਰ ਤਲਕ ਫਾਤਿਮਾ ਨਕਵੀ ਤੇ ਜ਼ੈਨਬ ਮਹਿਰ ਨੇ ਲਾਹੌਰ ਵਿੱਚ ਪੰਜਾਬ ਦੇ ਵਜ਼ੀਰ-ਏ-ਆਲਾ ਸਰਦਾਰ ਉਸਮਾਨ ਬੁਸਦਾਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਤੇ ਗੱਲਾਂ ਕਰਦਿਆਂ ਵਜ਼ੀਰ-ਏ-ਆਲਾ ਨੇ ਕਿਹਾ ਕਿ ਖਵਾਤਿਨ ਪਾਰਲੀਮੈਂਟਰੀਅਨਸ ਨਾਲ ਸਲਾਹ-ਮਸ਼ਵਰਾ ਤਰੱਕੀਆਤੀ ਸਕੀਮਾਂ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ਦੀਆਂ ਖਵਾਤਿਨ ਮੈਂਬਰਾਂ ਨੂੰ ਪਾਕਿਸਤਾਨ ਦੀਆਂ ਔਰਤਾਂ ਦੇ ਮਸਲੇ ਹੱਲ ਕਰਨ ਲਈ ਭਰਪੂਰ ਕੋਸ਼ਿਸ਼ ਕੀਤੀ ਜਾਏਗੀ। ਵਜ਼ੀਰ-ਏ-ਆਲਾ ਨੇ ਕਿਹਾ ਕਿ ਬਦਮਨੀ ਪੈਦਾ ਕਰਨ ਵਾਲੀ ਸਿਆਸਤ ਤੋਂ ਆਵਾਮੀ ਖਿਦਮਤ ਦੀ ਸਿਆਸਤ ਦੇ ਚ ਨਾਕਾਮ ਹੈ। ਤੇ ਪੀਡੀਐਮ ਦਾ ਇਤਿਹਾਦ ਆਪਣੇ ਅੰਜਾਮ ਤੱਕ ਪਹੁੰਚ ਗਿਆ ਹੈ ਇਸ ਵੇਲੇ ਤੱਕ ਦੀਆਂ ਖਬਰਾਂ ਮੁੱਕ ਗਈਆਂ ਹੋਰ ਖਬਰਾਂ ਤੇ ਤਬਸਰੀ ਲਈ ਸਾਡੀ ਵੈਬਸਾਈਟ ਹੈ radio.gov.pk ਤੇ ਇਸ ਵੇਲੇ ਦਾ ਬੁਲੇਟਿਨ ਤੁਸੀਂ ਰੇਡੀਓ ਪਾਕਿਸਤਾਨ ਦੇ ਫੇਸਬੁੱਕ ਪੇਜ ਰੇਡੀਓ ਪਾਕਿਸਤਾਨ ਪੰਜਾਬੀ ਉੱਤੇ ਬਰਾਹਰਾਸ ਵੇਖ ਤੇ ਸੁਣ ਸਕਦੇ ਹੋ